ਆਲ ਟੂ ਨਿਊਜ਼ ਵੱਲੋਂ ਤੇ ਆਲ ਟੂ ਨਿਊਜ਼ ਦੇ ਸਾਰੇ ਪੱਤਰਕਾਰਾਂ ਵੱਲੋਂ ਸ਼੍ਰੀ ਚੋਲਾ ਸਾਹਿਬ ਜੀ ਦੇ ਮੇਲੇ ਦੀਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ। ਸਤਿਕਾਰਯੋਗ 16ਵੀਂ ਪੀੜ੍ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੱਦੀ ਨਿਸ਼ੀਨ ਸੱਚਖੰਡ ਸ਼੍ਰੀ ਚੋਲਾ ਸਾਹਿਬ ਬਾਬਾ ਅਵਤਾਰ ਸਿੰਘ ਬੇਦੀ ਜੀ ਵੱਲੋਂ ਸਮੂਹ ਸੰਗਤਾਂ ਨੂੰ ਸ਼੍ਰੀ ਚੋਲਾ ਸਾਹਿਬ ਜੀ ਦੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਤੇ ਡੇਰਾ ਬਾਬਾ ਨਾਨਕ ਪਹੁੰਚਣ ਵਾਲੀਆਂ ਸੰਗਤਾਂ ਨੂੰ ਬਾਬਾ ਅਵਤਾਰ ਸਿੰਘ ਬੇਦੀ ਜੀ ਵੱਲੋਂ ਨਿੱਘਾ ਸਵਾਗਤ। ਸ਼ਾਮ ਅਵਸਥੀ ਤੇ ਸ਼੍ਰੀ ਸਾਈ ਐਜੂਕੇਸ਼ਨ ਸੋਸਾਇਟੀ ਜੋ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਕੋਰਸ ਕਰਵਾਉਂਦੇ ਹਨ ਜਿਵੇਂ ਕਿ ਅਕੈਡਮਿਕ, ਆਈਟੀ ਅਤੇ ਮੈਨੇਜਮੈਂਟ, ਮੁਫਤ ਸਕਿੱਲ ਡਿਵੈਲਪਮੈਂਟ ਕੋਰਸ ਜਿਵੇਂ ਪ੍ਰਧਾਨ ਮੰਤਰੀ ਕੌਸ਼ਲ ਯੋਜਨਾ, ਡੇ ਨਲਮ ਤੇ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ, ਸਾਰੇ ਟਰੇਡਾਂ ਦੇ ਵਿੱਚ ਵੋਕੇਸ਼ਨਲ ਡਿਗਰੀ ਕੋਰਸ, ਕੰਪਿਊਟਰ, ਇਲੈਕਟ੍ਰੋਨਿਕਸ, ਬਿਜਲੀ, ਸਿਹਤ ਵਿਭਾਗ, ਹੋਟਲ ਪ੍ਰਬੰਧਨ ਆਦਿ ਕੋਰਸ ਤੁਸੀਂ ਇਹਨਾਂ ਕੋਲੋਂ ਕਰ ਸਕਦੇ ਹੋ। ਉਹਨਾਂ ਵੱਲੋਂ ਵੀ ਸ਼੍ਰੀ ਚੋਲਾ ਸਾਹਿਬ ਜੀ ਦੇ ਮੇਲੇ ਤੇ ਤੁਹਾਨੂੰ ਸਾਰਿਆਂ ਨੂੰ, ਇਲਾਕਾ ਨਿਵਾਸੀਆਂ ਨੂੰ ਤੇ ਦੂਰ ਦੁਰਾਡੋਂ ਆਉਣ ਵਾਲੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਸ਼੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨਾਂ ਲਈ ਸੰਗ ਪਹੁੰਚਿਆ ਹਰਸ਼ੋਵਾਲ ਅਤੇ ਕਾਦੀਆਂ, ਬੈਂਡ ਵਾਜਿਆਂ ਨਾਲ ਹੋਇਆ ਜ਼ੋਰਦਾਰ ਸਵਾਗਤ। ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕੋਨ ਵੀ ਦਬਾ ਲਓ। ਸ਼੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਲਈ ਖੰਡਿਆਲਾ ਸੈਣੀਆਂ ਤੋਂ ਚੱਲ ਕੇ ਜ਼ਿਲ੍ਹਾ ਗੁਰਦਾਸਪੁਰ 'ਚ ਦਾਖਲ ਹੋਇਆ ਅਤੇ ਪਿੰਡ ਹਰਸ਼ੋਵਾਲ ਹੁੰਦੇ ਹੋਏ ਸ਼ਰਧਾਲੂਆਂ ਦਾ ਇਕੱਠ ਕਾਦੀਆਂ ਪਹੁੰਚਣ ਤੇ ਜ਼ੋਰਦਾਰ ਉਹਨਾਂ ਦਾ ਸਵਾਗਤ ਕੀਤਾ ਗਿਆ। ਦੇਰ ਸ਼ਾਮ ਤੱਕ ਇਹ ਅਗਲੇ ਪੜਾਅ ਲਈ ਵੱਧ ਰਿਹਾ। ਉੱਥੇ ਹੀ ਸਥਾਨਕ ਪਿੰਡਾਂ ਅਤੇ ਸ਼ਹਿਰ ਦੇ ਲੋਕਾਂ ਵੱਲੋਂ ਇਸ ਧਾਰਮਿਕ ਸੰਘ ਦਾ ਜਿੱਥੇ ਸਵਾਗਤ ਕੀਤਾ ਜਾ ਰਿਹਾ, ਉੱਥੇ ਸ਼ਰਧਾਲੂਆਂ ਦੇ ਵਿੱਚ ਵੀ ਬਹੁਤ ਸਾਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਬਹੁਤ ਸਾਰੇ ਸ਼ਰਧਾਲੂ ਆਪਣੀ ਮਨੋਕਾਮਨਾ ਪੂਰੀ ਹੋਣ ਜਾਂ ਆਪਣੀ ਮਨੋਕਾਮਨਾ ਨੂੰ ਆਪਣੇ ਦਿਲ ਦੇ ਵਿੱਚ ਲੈ ਕੇ ਪੈਦਲ ਯਾਤਰਾ ਦੇ ਵਿੱਚ ਸ਼ਾਮਲ ਹਨ। ਤੁਸੀਂ ਦੇਖ ਰਹੇ ਹੋ ਆਲ ਟੂ ਨਿਊਜ਼ ਲਈ ਬਟਾਲਾ ਤੋਂ ਜਸਵਿੰਦਰ ਬੇਦੀ ਦੀ ਇਹ ਵਿਸ਼ੇਸ਼ ਰਿਪੋਰਟ। ਕਿੱਦਾਂ ਦੇ ਤੁਰੇ ਦੇ ਹੋ? ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਹਲਕਾ ਇੰਚਾਰਜ ਅਤੇ ਪੰਜਾਬ ਇੰਡਸਟਰੀ ਡਿਵੈਲਪਮੈਂਟ ਦੇ ਸੀਨੀਅਰ ਵਾਈਸ ਚੇਅਰਮੈਨ ਗੁਰਦੀਪ ਸਿੰਘ ਰੰਧਾਵਾ ਵੱਲੋਂ ਅਤੇ ਸਮੂਹ ਆਪ ਆਗੂਆਂ ਵੱਲੋਂ ਇਲਾਕਾ ਤੇ ਸ਼ਹਿਰ ਨਿਵਾਸੀਆਂ ਨੂੰ ਸ਼੍ਰੀ ਚੋਲਾ ਸਾਹਿਬ ਜੀ ਦੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਤੇ ਆਉਣ ਵਾਲੀਆਂ ਸੰਗਤਾਂ ਦਾ ਨਿੱਘਾ ਸਵਾਗਤ। ਟ੍ਰੇਡਿੰਗ ਮੋਬਾਈਲ ਹੱਬ ਅਤੇ ਡੇਰਾ ਬਾਬਾ ਨਾਨਕ ਦੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗਗਨ ਜੀ ਵੱਲੋਂ ਇਲਾਕਾ ਨਿਵਾਸੀਆਂ ਨੂੰ ਤੇ ਸ਼ਹਿਰ ਨਿਵਾਸੀਆਂ ਨੂੰ ਸ਼੍ਰੀ ਚੋਲਾ ਸਾਹਿਬ ਜੀ ਦੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਤੇ ਦੂਰ ਦੁਰਾਡੋਂ ਆਉਣ ਵਾਲੀਆਂ ਸੰਗਤਾਂ ਦਾ ਨਿੱਘਾ ਸਵਾਗਤ। ਰਜੇਸ਼ ਕੁਮਾਰ ਗੁਪਤਾ, ਮਾਲਕ ਬੌਬੀ ਜਨਰਲ ਸਟੋਰ ਅਤੇ ਆਮ ਆਦਮੀ ਪਾਰਟੀ ਦੇ ਉੱਘੇ ਨੇਤਾ ਜੋ ਕਿ ਜਨਰਲ ਆਈਟਮਸ ਦਾ ਹੋਲਸੇਲ ਦਾ ਕੰਮ ਕਰਦੇ ਹਨ, ਉਹਨਾਂ ਵੱਲੋਂ ਇਲਾਕੇ ਦੇ ਸ਼ਹਿਰ ਨਿਵਾਸੀਆਂ ਨੂੰ ਸ਼੍ਰੀ ਚੋਲਾ ਸਾਹਿਬ ਜੀ ਦੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਤੇ ਦੇਸ਼ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਦਾ ਵੀ ਨਿੱਘਾ ਸਵਾਗਤ। ਹਰਪ੍ਰੀਤ ਕੌਰ, ਕਿੱਥੋਂ ਆਏ ਤੁਸੀਂ? ਅਸੀਂ ਟਾਂਡੇ ਤੋਂ। ਇਸ ਤਰ੍ਹਾਂ ਹੀ ਆਏ ਬੱਚਿਆਂ ਨੂੰ ਲੈ ਕੇ? ਹਾਂਜੀ। ਕਦੋਂ ਦੇ ਤੁਰੇ ਦੇ? ਅਸੀਂ ਕੱਲ੍ਹ ਦੇ 2 ਤਰੀਕ ਦੇ। ਹਰ ਸਾਲ ਆਉਂਦੇ ਨੇ? ਹਾਂਜੀ। ਕੌਣ ਕੌਣ ਆਇਆ ਤੁਹਾਡੇ ਨਾਲ? ਸਾਡੇ ਨਾਲ ਕਾਫੀ ਸੰਗਤ ਆਈ, ਕੁਝ ਅੱਗੇ ਕੁਝ ਪਿੱਛੇ ਆ। ਹਾਂਜੀ। ਤੁਸੀਂ ਬੱਚੇ ਦੇ ਲੈ ਕੇ? ਹਾਂਜੀ।
ਕੀ ਲੱਗਦਾ ਇਸ ਪਿੰਡ ਦੀ ਜਾਣ ਕੇ ਤੁਹਾਨੂੰ ਪਿੰਡ ਦਾ ਲਿਹਾਜ਼? ਵਧੀਆ ਹੈ ਪਿੰਡ, ਹਾਂਜੀ ਠੀਕ ਆ। ਇੱਦਾਂ ਆਉਣਾ ਬਾਬੇ ਨਾਨਕ ਦੀ ਕਿਰਪਾ ਜਿਹੜਾ? ਹਾਂਜੀ ਹਾਂਜੀ। ਰਸਤੇ 'ਚ ਕਿੱਦਾਂ ਦੇ ਫਿਰ ਅਰੇਂਜਮੈਂਟ ਕੀਤੇ ਗਏ ਬਾਬਾ ਜੀ ਦੀ ਸੰਗਤ ਵੱਲੋਂ? ਬਹੁਤ ਵਧੀਆ ਅਰੇਂਜਮੈਂਟ ਕੀਤੇ ਆ, ਖਾਣ ਪੀਣ ਦਾ ਰਹਿਣ ਸਾਰਾ ਕੁਝ ਵਧੀਆ, ਸਾਰੀਆਂ ਫੈਸਿਲਿਟੀਜ਼ ਆ। ਹਾਂਜੀ। ਸੋ ਕਿੱਥੋਂ ਚੱਲਦਾ ਸੰਗਤ, ਕਿੱਥੇ ਸਟੋਪਾ 'ਚ ਹੋਣਾ ਰਾਸ਼ਟ ਜਾ ਕੇ? ਖਡਿਆਲੇ ਤੋਂ ਤੁਰਦਾ ਸੰਗਤ ਸਾਡੇ ਜੀ। ਹਾਂਜੀ, ਖਡਿਆਲਾ ਸੈਣੀਆਂ ਤੋਂ ਲਾਸਟ ਚੌਲਾ ਸਾਹਿਬ ਦਰਸ਼ਨ ਕਰਨ। ਹਾਂਜੀ ਡੇਰਾ ਬਾਬਾ ਨਾਨਕ। ਹਾਂਜੀ। ਸੋ ਕਿੱਦਾਂ ਦੇਖਦੇ ਹੋ ਕਿ ਸੰਗਤ ਦੇ ਵਿੱਚ ਕਿੰਨਾ ਕੁ ਤੁਸ਼ਾ? ਬਹੁਤ ਵਧੀਆ, ਮਜ਼ਾ ਆਉਂਦਾ ਜਾਣ ਦਾ। ਹਾਂਜੀ, ਬਾਕੀ ਆਪਣੀ ਸ਼ਰਧਾ ਹੋਣੀ ਚਾਹੀਦੀ ਜੀ। ਜਗਦੀਸ਼ ਕੌਰ। ਸੋ ਕਿੱਥੋਂ ਆਏ ਜੀ? ਟਾਂਡੇ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਿੰਨੀਆਂ ਕੁ ਸੰਗਤਾਂ ਫਿਰ ਤੁਹਾਡੇ ਪਿੰਡੋਂ ਆਉਂਦੀਆਂ? ਸਾਡੇ ਪਿੰਡੋਂ ਬਹੁਤ ਸੰਗਤ ਆਉਂਦੀ ਆ, ਅਸੀਂ ਇੱਦਾਂ ਬਾਬੇ ਦੀ ਕਿਰਪਾ ਨਾਲ ਆਈਦਾ ਆ। ਹਰ ਸਾਲ ਹੀ ਆਉਂਦੇ, 30 ਸਾਲ ਹੋ ਗਏ ਆਉਂਦਿਆਂ ਨੂੰ ਸਾਨੂੰ। ਅਸੀਂ ਅੱਜ ਬੱਚੇ ਲੈ ਕੇ ਆਏ ਆਪਣੇ, ਬਾਬਾ ਜੀ ਨੇ ਦਿੱਤੇ ਆ ਜੀ। ਸੰਗਤ ਨਾਲ ਬਹੁਤ ਨਜ਼ਾਰਾ, ਬੜਾ ਮਜ਼ਾ ਆਇਆ। ਬਾਬਾ ਜੀ ਲੈ ਜਾਂਦੇ ਆਪਣੀ ਸੰਗਤ ਨਾਲ, ਬਾਬਾ ਜੀ ਦੀ ਕਿਰਪਾ ਨਾਲ ਹੀ ਅਸੀਂ ਪਹੁੰਚ ਜਾਣਾ ਹੁਣ, ਬਾਬੇ ਜੀ ਨੇ ਲੈ ਜਾਣਾ ਸਾਨੂੰ। ਅੱਛਾ ਜੀ। ਹਾਂਜੀ, ਆਹ ਦੇਖੋ ਸਾਡੀ ਸੰਗਤ ਬੱਚੇ। ਹਾਂਜੀ, ਦੋਤੀ ਦੋਤਾ ਆ, ਬਾਬਾ ਜੀ ਨੇ ਦਿੱਤੇ ਆ। ਸੋ ਬਾਬੇ ਨਾਨਕ ਦੀ ਬੜੀ ਕਿਰਪਾ। ਹਾਂਜੀ, ਬਹੁਤ ਕਿਰਪਾ ਬਾਬੇ ਜੀ ਨਾਨਕ, ਅਤੇ ਬਹੁਤ ਵਧੀਆ ਪਿੰਡ ਹੈ ਵੀ। ਹਾਂਜੀ, ਹਾਂਜੀ, ਅਲੱਗ ਜਿਹਾ ਬਣਿਆ ਆ, ਦੇਖਣ ਨੂੰ ਵੀ ਸੋਹਣਾ ਲੱਗਦਾ ਆ ਪਿੰਡ, ਬੜਾ ਵਧੀਆ ਆ। ਮੈਂ ਸ਼੍ਰੀ ਹਰਗੋਬਿੰਦਪੁਰ ਤੋਂ ਆਈ ਹਾਂ। ਜੀ, ਹਰ ਸਾਲ ਆਉਂਦੇ ਹੋ? ਨਹੀਂ ਨਹੀਂ, ਮਤਲਬ ਵਿੱਚੋਂ ਵਿੱਚ ਕਈ ਸਾਲ ਛੁੱਟ ਗਿਆ, ਪਰ ਹੁਣ ਆਏ ਹਾਂ। ਕਿੰਨੀ ਕੁ ਕਿਰਪਾ ਫਿਰ? ਬਹੁਤ ਕਿਰਪਾ ਬਾਬਾ ਜੀ ਦੀ। ਸੋ ਸੰਗਤਾਂ ਦਾ ਫਿਰ ਕਿੱਦਾਂ ਦਾ ਰਸਤੇ ਦੇ ਵਿੱਚ ਰਹਿਣ ਦਾ, ਖਾਣ ਪੀਣ ਦਾ? ਬਹੁਤ ਵਧੀਆ, ਬਹੁਤ ਜ਼ਿਆਦਾ ਵਧੀਆ, ਸੇਵਾ ਬਹੁਤ ਕਰਦੇ ਆ। ਮਤਲਬ ਕਿ ਕਿਸੇ ਵੀ ਘਰ 'ਚ ਰਹਿ ਸਕਦੇ, ਪਰ ਇੱਦਾਂ ਕੋਈ ਰੱਖਣਾ ਨਹੀਂ ਚਾਹੁੰਦਾ, ਪਰ ਫਿਰ ਵੀ ਵੇਖ ਲਓ ਇੰਨੀ ਕਿਰਪਾ ਵਾ ਕਿ ਕਿਸੇ ਵੀ ਘਰ 'ਚ ਰਹਿ ਸਕਦੇ ਬਿਨਾਂ ਡਰ ਤੋਂ। ਸੋ ਤੁਸੀਂ ਆਏ ਹੋ ਅਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਸੰਗ ਦੇ ਮੇਲੇ ਸੰਗਤਾਂ ਪਹੁੰਚਦੀਆਂ ਨੇ? ਹਾਂਜੀ, ਯਾਦ ਨਾਲ ਉਹ ਤਾਂ ਕਿਰਪਾ ਹੈ ਜੀ ਬਾਬੇ ਜੀ ਦੀ ਕਿ ਸਾਰੇ ਜਾਂਦੇ ਆ ਪਾਉਂਦੇ ਆ। ਹਾਂਜੀ, ਕਿਰਪਾ ਨਹੀਂ ਆ। ਪਿੰਡ ਤਾਂ ਮੈਨੂੰ ਇੰਨਾ ਵਧੀਆ ਲੱਗਾ, ਮਤਲਬ ਕਿ ਮੈਂ ਜਦੋਂ ਘਰ ਨੂੰ ਵੀ ਜਾਂਦੀ ਹਾਂ ਨਾ, ਮੈਂ ਰੋਜ਼ ਕਹਿੰਦੀ ਹਾਂ ਮੰਮਾ ਯਾਰ ਉੱਥੇ ਨਾ ਇੱਕ ਪਿੰਡ ਆ, ਅਤੇ ਉੱਥੇ ਮਤਲਬ ਪਤਾ ਲੱਗਦਾ। ਕੋਈ ਨਹੀਂ ਚਾਹਾਂਗਾ ਕਿ ਸਮੈਲ ਦੇ ਵਿੱਚ ਬੈਠੀਏ ਅਤੇ ਵੇਖ ਲਓ ਕਿਤੇ ਇੱਦਾਂ ਬਣਾਇਆ ਕਿ ਮਨ ਦਬਾ ਦਬਾ ਵੀ ਕਹਿੰਦਾ ਕਿ ਰੁਕੀਏ ਇੱਥੇ ਬੈਠੀਏ ਅਤੇ ਮਤਲਬ ਗੱਲਾਂ ਬਾਤਾਂ ਕਰੀਏ, ਬਹੁਤ ਵਧੀਆ। ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਜੀ ਡਾਕਟਰ ਤਰਲੋਕ ਸਿੰਘ ਰੰਧਾਵਾ ਜੀ। ਸਰ, ਇੱਥੇ ਤੁਸੀਂ ਆਏ ਹੋ ਕਿਸ ਕਾਰਨ ਆਏ ਜੀ? ਮੈਂ ਇਹ ਹੈ ਜੀ, ਇੱਥੇ ਚੋਲਾ ਸਾਹਿਬ ਦੇ ਮੇਲੇ ਦੇ ਉੱਤੇ ਸਾਡੇ ਪਿੰਡ ਦੇ ਵਿੱਚ ਦੀ ਸੰਗਤ ਨਿਕਲਦੀ ਹੈ, ਅਤੇ ਅੱਜ ਤੋਂ ਤਕਰੀਬਨ ਕੋਈ 8-9 ਸਾਲ ਪਹਿਲਾਂ ਮੈਂ ਮਹਿਸੂਸ ਕੀਤਾ ਵੀ ਇਹ ਸੰਗਤ ਜਿਹੜੀ ਆ ਲੱਖਾਂ ਦੀ ਗਿਣਤੀ 'ਚ ਹੁੰਦੀ ਹੈ, ਅਤੇ ਬਹੁਤ ਲੋਕਾਂ ਨੂੰ ਫਸਟ ਏਡ ਦੀ ਲੋੜ ਹੁੰਦੀ ਆ। ਕਈਆਂ ਦਾ ਪੇਟ ਖਰਾਬ, ਕਈਆਂ ਦੇ ਪੈਰਾਂ 'ਚ ਛਾਲੇ ਪੈ ਗਏ, ਕਈਆਂ ਨੂੰ ਲੂਜ਼ ਮੋਸ਼ਨ ਲੱਗ ਗਏ, ਕਈਆਂ ਨੂੰ ਵੋਮਿਟਿੰਗ, ਕਈਆਂ ਨੂੰ ਬੁਖਾਰ। ਤਾਂ ਫਿਰ ਮਹਿਸੂਸ ਕੀਤਾ ਵੀ ਅਸੀਂ ਮੈਡੀਕਲ ਲਾਈਨ ਦੇ ਵਿੱਚ, ਤਾਂ ਕਿਉਂ ਨਾ ਅਸੀਂ ਜਿੰਨੀ ਕੁ ਇਹਨਾਂ ਦੀ ਹੈਲਪ ਕਰ ਸਕਦੇ ਹਾਂ, ਇਹਨਾਂ ਦੀ ਫਸਟ ਏਡ ਇਹਨਾਂ ਨੂੰ ਰੂਟੀਨ ਦੇ ਨਾਲ ਉਹ ਦਵਾਈ ਦਿੱਤੀ ਜਾਏ। ਅਤੇ ਇਸ ਦੇ ਨਾਲ ਨਾਲ ਕਿਉਂਕਿ ਮੈਂ ਇੱਕ ਆਈ ਸਪੈਸ਼ਲਿਸਟ ਸੀਗਾ, ਫਿਰ ਮੈਂ ਕੋਸ਼ਿਸ਼ ਕੀਤੀ ਵੀ ਪਿੰਡ ਤਾਂ ਮੈਂ ਜਾਣਾ, ਕਿਉਂ ਨਾ ਆਪਣੇ ਪਿੰਡ ਦੇ ਵਿੱਚ ਨਾਲ ਜਿੰਨੇ ਵੀ 5-10-20 ਪਿੰਡ ਹੈ ਉੱਥੇ ਲੋੜਵੰਦ ਲੋਕ ਜਿਹੜੇ ਹੈ, ਅਤੇ ਉਹਨਾਂ ਨੂੰ ਅੱਖਾਂ ਦੇ ਟ੍ਰੀਟਮੈਂਟ ਦੇ ਸੰਬੰਧਿਤ ਜੋ ਅਸੀਂ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰ ਸਕਦੇ ਹਾਂ ਕੀਤੀ ਜਾਵੇ। ਸੋ ਬਹੁਤ ਲੰਬਾ ਚੜਾ ਤਾਂ ਨਹੀਂ, ਬਟ ਫਿਰ ਵੀ ਹਰ ਪੇਸ਼ੈਂਟ ਨੂੰ ਉਹਦੀਆਂ ਕੋਈ ਰੂਟੀਨ ਦੀਆਂ ਅੱਖਾਂ ਦੀਆਂ ਬਿਮਾਰੀਆਂ, ਜਨਰਲ ਹੋਰ ਜਿਹੜੀਆਂ ਪ੍ਰੋਬਲਮ ਜਿਹੜੀਆਂ ਕੋਈ ਹੈਗੀਆਂ, ਅਸੀਂ ਜੋ ਕੋਸ਼ਿਸ਼ ਕਰਦੇ ਹਾਂ ਵੱਧ ਤੋਂ ਵੱਧ ਅਸੀਂ ਉਹਨਾਂ ਦੀ ਮਦਦ ਕਰ ਰਹੇ ਹਾਂ। ਔਰ ਕਿੰਨੇ ਦਿਨ ਤੋਂ ਲੱਗ ਰਿਹਾ ਕੈਂਪ? ਹਾਂ, ਇਹ ਮੇਰਾ ਅੱਜ ਦਾ ਜਿਹੜਾ ਇਹ 8ਵਾਂ ਕੈਂਪ ਹੈ ਜੀ। ਹਾਂ, ਹਰ ਪਿੰਡ 'ਚ ਲਗਾਉਂਦੇ ਤੁਸੀਂ? ਅਸੀਂ ਸਾਲ 'ਚ ਇੱਕ ਵਾਰ ਜਦੋਂ ਸੰਗਤ ਨਿਕਲਦੀ ਆ, 3 ਮਾਰਚ ਹਰ ਸਾਲ। ਸੋਨੀ ਟ੍ਰੇਡਰਸ ਵੱਲੋਂ ਜੋ ਕਿ ਸਰੀਏ ਅਤੇ ਸੀਮਟ ਦਾ ਕੰਮ ਕਰਦੇ ਹਨ ਅਤੇ ਉਹ ਡੇਰਾ ਬਾਬਾ ਨਾਨਕ ਵਪਾਰ ਮੰਡਲ ਦੇ ਪ੍ਰਧਾਨ ਵੀ ਹਨ, ਵਿਪਨ ਸੋਨੀ ਜੀ ਵੱਲੋਂ ਇਲਾਕਾ ਅਤੇ ਸ਼ਹਿਰ ਨਿਵਾਸੀਆਂ ਨੂੰ ਸ਼੍ਰੀ ਚੋਲਾ ਸਾਹਿਬ ਜੀ ਦੇ ਮੇਲੇ ਦੀਆਂ ਲੱਖ ਲੱਖ ਵਧਾਈਆਂ।
ਤੇ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਦਾ ਵੀ ਨਿੱਘਾ ਸਵਾਗਤ। ਸੋਨੀ ਪਲਾਈਵੁੱਡ ਅਤੇ ਸ਼ਟਰਿੰਗ ਸਟੋਰ ਦੇ ਮਾਲਕ ਅਤੇ ਡੇਰਾ ਬਾਬਾ ਨਾਨਕ ਤੋਂ ਉੱਗੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੀਵ ਸੋਨੀ ਵੱਲੋਂ ਇਲਾਕਾ ਅਤੇ ਸ਼ਹਿਰ ਨਿਵਾਸੀਆਂ ਨੂੰ ਸ਼੍ਰੀ ਚੋਲਾ ਸਾਹਿਬ ਜੀ ਦੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਅਤੇ ਦੂਰ ਦੁਰਾਡੋ ਆਉਣ ਵਾਲੀਆਂ ਸੰਗਤਾਂ ਦਾ ਵੀ ਨਿੱਘਾ ਸਵਾਗਤ। ਅਮਰਪਾਲ ਸਿੰਘ ਪਾਲੀ ਬੇਦੀ, ਓਨਰ ਹੋਟਲ ਕੋਰੀਡੋਰ ਇਨ, ਜੋ ਕਿ ਫੁੱਲੀ ਏਸੀ ਹੈ ਤੇ ਬੱਸ ਸਟੈਂਡ ਦੇ ਸਾਹਮਣੇ ਹੈ, ਅਤੇ ਉਹ ਡੇਰਾ ਬਾਬਾ ਨਾਨਕ ਦੇ ਵੱਡੇ ਕਾਂਗਰਸੀ ਆਗੂ ਹਨ। ਉਹਨਾਂ ਵੱਲੋਂ ਵੀ ਇਲਾਕੇ ਦੇ ਸ਼ਹਿਰ ਨਿਵਾਸੀਆਂ ਨੂੰ ਸ਼੍ਰੀ ਚੋਲਾ ਸਾਹਿਬ ਜੀ ਦੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਤੇ ਦੂਰ ਦੁਰਾਡੋ ਆਉਣ ਵਾਲੀਆਂ ਸੰਗਤਾਂ ਦਾ ਵੀ ਨਿੱਘਾ ਸਵਾਗਤ। ਕੁਲਵਿੰਦਰ ਸਿੰਘ ਜੁਗਨੂ, MC ਅਤੇ ਮੈਕਸ ਲਾਈਫ ਇੰਸ਼ੋਰੈਂਸ ਵੱਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸ਼੍ਰੀ ਚੋਲਾ ਸਾਹਿਬ ਜੀ ਦੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਅਤੇ ਇਲਾਕਾ ਨਿਵਾਸੀਆਂ ਨੂੰ ਮੁਬਾਰਕਾਂ। ਸੁਧੀਰ ਬੇਦੀ, ਆਪ ਦੇ ਸੀਨੀਅਰ ਆਗੂ ਅਤੇ SS ਕੰਪਿਊਟਰ ਵੱਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸ਼੍ਰੀ ਚੋਲਾ ਸਾਹਿਬ ਜੀ ਦੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਅਤੇ ਮੁਬਾਰਕਾਂ। ਪ੍ਰਵੇਸ਼ ਮਸੀਹ ਪੱਖੋਕੇ, ਆਪ ਦੇ ਸੀਨੀਅਰ ਤੇ ਐਕਟਿਵ ਆਗੂ ਵੱਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸ਼੍ਰੀ ਚੋਲਾ ਸਾਹਿਬ ਜੀ ਦੇ ਮੇਲੇ ਤੇ ਲੱਖ ਲੱਖ ਵਧਾਈਆਂ ਤੇ ਮੁਬਾਰਕਾਂ।